ਹਾਂਜੀ ਉਹ ਜਿਹੜੇ ਲੱਗੇ ਸੀ ਲਾਈਵ ਹੋ ਕੇ ਆਪਣੇ ਗਿਆਨੀ ਜੀ। ਹਾਂਜੀ ਹਾਂਜੀ ਗੁਰਤੇਜ ਸਿੰਘ ਹੁਣੀ। ਹਾਂਜੀ ਹਾਂਜੀ ਉਹ ਕਹਿੰਦੇ ਵੀ ਜਿਹੜੇ ਸਰਕਾਰ ਨੇ ਨਾ ਮਤਲਬ ਬਦਲਾ ਲੈਣ ਵਾਸਤੇ ਜਰਨੈਲ ਸਿੰਘ ਨੇ ਕੀ ਕੀਤਾ ਸੀ ਵੀ ਸਰਕਾਰ ਦੀਆਂ ਪੁਆਟਣੀਆਂ ਖਵਾ ਤੀਆਂ ਉਦੋਂ 84 ਦੇ ਵਿਚ। ਅੱਛਾ ਤੇ ਉਹ ਮਤਲਬ ਛੱਲੀਆਂ ਵਾਂਗੂ ਭੁੰਨ ਸਿੱਟੇ ਉਹਨਾਂ ਦੇ ਬੰਦੇ ਦਰਬਾਰ ਸਾਹਿਬ ਦੇ ਵਿਚ। ਜਿਹੜਾ ਕਿੱਲ ਉਹਨਾਂ ਨੇ ਗੱਡਿਆ ਸੀ ਭਾਰਤ ਮਾਤਾ ਦੇ ਹਿੱਕ ਦੇ ਵਿਚ, ਅੱਜ ਵੀ ਗੱਡਿਆ ਪਿਆ ਉਵੀ, ਤੇ ਉਹਦਾ ਬਦਲਾ ਲੈਣ ਵਾਸਤੇ ਤੇ ਉਹਨਾਂ ਨੇ ਟੀਮ ਤਿਆਰ ਕੀਤੀ। ਅੱਛਾ ਜੀ। ਕਿਉਂਕਿ ਜਿਹੜਾ ਯਾਦਵਿੰਦਰ ਸਿੰਘ ਦਾ ਫੋਨ ਆ, ਇਹ ਸਾਡੀ ਪਹੁੰਚ ਤੋਂ ਦੂਰ ਨਹੀਂ ਹੈਗਾ ਵੀ ਇੱਦਾਂ ਜੇ ਕਹੂਗਾ ਵੀ ਇੱਦਾਂ ਫੋਨ ਕੱਟ ਹੋ ਗਿਆ ਤਾਂ ਸਾਤੋਂ ਫੜਨੀ ਹੋਣਾ ਵਿਕਾਉਣ ਆ। ਵੱਖਰੇ ਨੰਬਰ ਤੋਂ ਵੀ ਫੋਨ ਆਵੇ ਫਿਰ ਵੀ ਆਵਾਜ਼ ਤੋਂ ਤਾਂ ਪਤਾ ਲੱਗ ਜਾਂਦਾ ਨਾ। ਹਾਂਜੀ ਕਹਿੰਦੇ ਵੀ ਉਹਦਾ ਬਦਲਾ ਲੈਣ ਵਾਸਤੇ ਜਿਹੜਾ ਹੈਗਾ ਉਹਨਾਂ ਨੇ ਟੀਮ ਤਿਆਰ ਕੀਤੀ ਆ ਤੇ ਸਰਕਾਰ ਨੇ ਸਾਰੇ ਹੀ ਬੰਦੇ। ਹਾਂਜੀ ਅੱਛਾ ਉਹ ਹਰਨੇਕ ਸਿੰਘ ਆ ਜਿਹੜਾ ਉਹ ਇਹ ਇੱਕ ਬੰਦਾ ਇੱਕ ਢੱਡਰੀਆਂ ਵਾਲਾ ਵੀ ਜਿਹੜਾ ਆਪਾਂ ਨੂੰ ਪਤਾ ਵੀ ਕਿੱਥੋਂ ਬੋਲਦਾ। ਇਹੀ ਰਾਹ ਆ, ਇੱਕੋ ਇੱਕੋ ਇੱਕ ਰਾਹ ਬਚਦਾ ਸੀ ਟਕਸਾਲ ਕੋਲ, ਹੋਰ ਕੋਈ ਜਵਾਬ ਨੀ ਇਹਨਾਂ ਦੇ ਕੋਲ। ਹਾਂਜੀ ਹਨਾ ਹਾਂਜੀ ਤੇ ਉਹ ਕਹਿੰਦਾ ਵੀ ਪੰਥ ਪ੍ਰੀਤ ਧੂੰਦਾ ਤੇ ਮਾਝੀ ਇਹ ਸਾਰੇ ਬੰਦੇ ਕਹਿੰਦਾ ਇਹਨਾਂ ਤੇ ਯਕੀਨ ਨਾ ਕਰਿਓ, ਇੱਕੋ ਹੀ ਟੀਮ ਆ। ਭਰਾਵੋ ਰਹਿਣ ਦਿਓ ਇੱਕ ਮਿੰਟ ਇਹਨਾਂ ਨੂੰ। ਉਹ ਇਹਦਾ ਨਾਂ ਗੁਰਤੇਜ ਸਿੰਘ, ਗੁਰਤੇਜ ਸਿੰਘ ਹੀ ਆ ਨਾ ਇਹਦੇ ਨਾਲ ਮੇਰੇ ਖਿਆਲ, ਡਾਕਟਰ ਗੁਰਤੇਜ ਸਿੰਘ ਕਰਕੇ ਕੁਛ ਹੈਗਾ ਲਿਖਿਆ ਨੀ। ਨਹੀਂ ਉਹੀ ਆ, ਉਹੀ ਆ ਬੰਦਾ ਜਦੋਂ ਉੱਥੇ ਹੋਇਆ ਆਪਣੇ ਸੈਨ ਹੋਜ਼ੇ ਜਿਹੜਾ ਟਕਸਾਲੀਆਂ ਨੇ ਵਿਰੋਧ ਕੀਤਾ ਸੀ ਨਾ। ਠੀਕ ਆ ਉਦੋਂ ਇੰਨੀ ਤਿਆਰੀ ਕਰਵਾਈ ਸੀ ਤੇ ਉਦਾਂ ਸੈਮੀਨਾਰਾਂ ਵਗੈਰਾ ਦੇ ਵਿਚ ਬਹੁਤਿਆਂ ਦੇ ਵਿਚ ਇਹੀ ਉੱਥੇ ਸਟੇਜ ਸੈਕਟਰੀ ਹੁੰਦਾ ਆ। ਇਹਨੂੰ ਬੇਨਤੀ ਆ ਭਰਾਵਾ ਵੀ ਦੇਖ ਜਿਹੜਾ ਨਾ ਜਿਹੜੀ ਏਜੰਸੀਆਂ ਨਾਲ ਹੈਗੀ ਮੇਰੀ ਗੱਲ ਕੱਲੇ ਦੀ, ਮੈਂ ਇੱਦਾਂ ਪੰਥਪ੍ਰੀਤ ਹੁੰਦੇ ਨਹੀਂ ਹੋਣ ਦਿੱਤੀ। ਉਹ ਤਾਂ ਐਵੇਂ, ਉਹ ਤਾਂ ਅਸੀਂ ਉਹਨਾਂ ਨੂੰ ਨਾਲ ਕਿੱਥੇ ਬਹਿਣ ਦੇਣਾ, ਉਹ ਤਾਂ ਬੰਦੇ ਗਦਾਰ ਆ। ਨਹੀਂ ਨਹੀਂ ਇਹ ਕਹਿੰਦਾ ਵੀ ਇਹ ਤਾਂ ਹਰਨੇਕ ਤਾਂ ਬੁਲਾਰਾ ਉਹਨਾਂ ਦਾ। ਅੱਛਾ ਇਹ ਇੱਦਾਂ ਕਹਿੰਦਾ, ਉਹ ਤੁਹਾਡੀ ਪਲਾਨ ਕਹਿੰਦਾ ਉਹਨਾਂ ਦੀ ਆ, ਮਤਲਬ ਇਹਨਾਂ ਨੇ ਉਹਨੂੰ ਬੋਲਣ ਲਾਇਆ ਹੋਇਆ ਵੀ ਦੇਖ ਮਾੜਾ ਜਾ ਬੋਲ ਕੇ। ਮੈਂ ਤਾਂ ਮਸ਼ਹੂਰ ਹੋਣਾ, ਮੈਂ ਤਾਂ ਮਸ਼ਹੂਰ ਹੋਣਾ ਚਾਹੁੰਦਾ ਸੀ ਵੀ ਮੈਂ ਕਹਾਂ ਵੀ ਮੇਰੀ ਗੱਲ ਆ ਸਿੱਧੀ। ਨਹੀਂ ਨਹੀਂ ਉਹ ਕਹਿੰਦਾ ਵੀ ਇਹ ਬੰਦੇ ਪਲਾਨ ਇਹਨਾਂ ਦੀ ਆ, ਹਰਨੇਕ ਇਹਨਾਂ ਦਾ ਬੁਲਾਰਾ। ਅੱਛਾ ਪੰਥਪ੍ਰੀਤ ਤਾਂ ਧੁੰਦੇ ਦੀ ਆ ਹਨਾ, ਦੂਜੇ ਉਹਨਾਂ ਦਾ ਵੀ ਵਿੱਚ ਹੀ ਨਾਮ ਪ੍ਰਾਪਤੀ ਵਰ ਗਿਆ ਤਾਂ ਉਹ ਕਹਿੰਦਾ ਉੱਤੋਂ ਬੋਲਦੇ ਆ ਇਹ। ਅੱਛਾ ਇਹ ਮੈਂ ਬਲੀ ਭੁਗਤਿਆ ਸਾਡੀ ਜਾਣੀ ਹੈ, ਫਿਰ ਇੱਕ ਕੰਮ ਕਰੀਏ ਮੈਂ ਕਹਿੰਦਾ ਗਾਂ ਪ੍ਰਾਪਤੀ ਤੇ ਟਾਈਮ ਨਾ ਖਰਾਬ ਕਰੀਏ ਆਪਾਂ ਹਨਾ ਬਹੁਤਾ। ਜਿਹੜਾ ਗੁਰਦਰਸ਼ਨ ਸਿੰਘ ਢਿੱਡੋਂ ਆ ਉਹ ਵੀ, ਅੱਛਾ ਉਹ ਵੀ ਨਾਲ ਹੀ ਆ ਸਾਡੇ। ਹਾਂ ਕਾਲਾ ਅਫਗਾਨਾ ਕਹਿੰਦਾ ਹੁਣ ਨਿਕਲ ਗਿਆ ਇਹਨਾਂ ਚੋਂ, ਚਲ ਉਹ ਤਾਂ ਕਰਦਾ ਨਾ। ਨਾ ਨਾ ਗਦੇ ਆ ਟਕਸਾਲੀ ਤੋਂ, ਇਹਨਾਂ ਨੂੰ ਕਿੱਥੇ ਅਕਲ ਇਹਨਾਂ ਨੂੰ। ਹੁਣ ਇਹਨਾਂ ਗੱਲਾਂ ਤੇ ਇਹਨਾਂ ਨਾਲ ਵਿਚਾਰ ਵੀ ਕੀ ਕਰਾਂਗੇ ਅਸੀਂ ਕਿ ਨਹੀਂ। ਹਾਂਜੀ ਹਾਂਜੀ ਕਹਿੰਦਾ ਵੀ ਸੰਗਤ ਨੂੰ ਬੇਨਤੀ ਆ ਵੀ ਇੱਕੋ ਹੀ ਹੱਲ ਆ ਇਹਨਾਂ ਦਾ ਵੀ ਜਿਹੜੇ ਵੀ ਇਹਨਾਂ ਨਾਲ ਸੰਬੰਧਿਤ ਬੰਦੇ ਆ ਉਹਨਾਂ ਨੂੰ ਕਿਤੇ ਵੀ ਸਟੇਜ ਤੇ ਨਾ ਬੋਲਣ ਦਿੱਤਾ ਜਾਵੇ। ਠੀਕ ਆ, ਮੈਨੂੰ ਨਾ ਟਾਈਮ ਦਿਓ ਤੁਸੀਂ। ਸੰਗਤ ਨੇ ਕਹਿੰਦਾ ਕਿਵੇਂ ਕਰਨਾ ਇਹ ਹੁਣ ਸੰਗਤ ਤੇ ਡਿਪੈਂਡ ਕਰਦਾ, ਪਰ ਇਹਦਾ ਹੱਲ ਇੱਕੋ ਹੀ ਆ। ਤੇ ਆ ਅੰਦਾਜ਼ਾ ਲਾ ਲਓ ਜੀ ਸਰੋਤਿਆਂ ਨੂੰ ਬੇਨਤੀ ਆ ਵੀ ਇਹ ਆ ਦਿਮਾਗ, ਇਹ ਆ ਥਿੰਕ ਟੈਂਕ ਸਾਡੀ ਕੌਮ ਦੇ। ਜਦੋਂ ਮੂਹਰੇ ਸਮੱਸਿਆ ਆਉਂਦੀ ਆ ਨਾ ਉਹਦੇ ਨਾਲ ਨਜਿੱਠਣ ਲਈ ਇੱਦਾਂ ਸੋਚਦੇ ਆ, ਸਿੱਧਾ ਇੱਕਦਮ ਸਿੱਧਾ ਏਜੰਸੀਆਂ ਦੇ ਨਾਲ ਜੋੜ ਕੇ ਛੁਟਕਾਰਾ ਪਾ ਲਿਆ।
ਹੁਣ ਕੀ ਹੋਵੇ ਕਿ ਮੈਨੂੰ ਹੁਣ ਇਹ ਵਿਦਵਾਨਾਂ ਨੂੰ ਤਾਂ ਕੁਛ ਨੀ ਕਰਨਾ ਪੈਣਾ, ਹੁਣ ਲੋਕ ਲੜੀ ਜਾਣ, ਬਸ ਇਹ ਸੁਰਖਰੂਗਾ ਤੇ ਅਸੀਂ ਗੱਲਾਂ ਦਾ ਜਵਾਬ ਹੀ ਕਿਉਂ ਦੇਣਾ? ਹੁਣ ਇਹਨੂੰ ਗੁਰਤੇਜ ਸਿੰਘ ਨੂੰ ਬੇਨਤੀ ਆ, ਭਰਾਵਾ ਹਰਨੇਕ ਦਾ ਹੈਗਾ ਏਜੰਸੀਆਂ ਦਾ ਬੰਦਾ, ਇੱਕ ਗੱਲ ਦਾ ਖਿਆਲ ਕਰੀ, ਜਿਹੜਾ ਭਿੰਡਰਾਂ ਵਾਲੇ ਦਾ ਮੁੰਡਾ ਆ ਈਸ਼ਰ ਸਿੰਘ, ਉਹਦੇ ਕੋਲ ਇਹ ਟਕਸਾਲੀਆਂ ਨੂੰ ਬੇਨਤੀ ਆ, ਗੁਰਤੇਜ ਸਿੰਘ ਦੇ ਸਵਾਲ ਸਾਡਾ ਪਹੁੰਚਾ ਦੇਵੇ ਭਈ ਤੇਰੇ ਏਜੰਸੀਆਂ ਦੇ ਨਾਲ ਸਾਡੇ ਸਬੰਧ ਬਣਾਉਣ ਦੇ ਨਾਲ ਵੀ ਸਾਡਾ ਕੀ ਨੁਕਸਾਨ ਹੋਊਗਾ ਆਉਣ ਵਾਲੇ ਸਮੇਂ ਚ, ਉਹ ਲੱਭ ਲਿਓ ਤੁਸੀਂ। ਪਰ ਇੱਕ ਦੱਸਿਓ ਭਈ ਜਿਹੜਾ ਭਿੰਡਰਾਂਲੇ ਦਾ ਮੁੰਡਾ ਆ ਈਸ਼ਰ ਸਿੰਘ, ਉਹਦੇ ਕੋਲ ਜਿਹੜਾ ਉਹਨੂੰ ਹਥਿਆਰ ਦਿੱਤਾ ਗਿਆ ਆ, ਜਿਹੜਾ ਉਹਦੇ ਕੋਲ ਪਿਸਟਲ ਆ ਜੋ ਵੀ ਆ, ਉਹ ਪੰਜਾਬ ਦੇ ਵਿਚ ਕਿੰਨੇ ਕੁ ਲੀਡਰਾਂ ਦੇ ਕੋਲ, ਕਿੰਨੇ ਕੁ ਬੰਦਿਆਂ ਦੇ ਕੋਲ ਆ? ਸੈਂਟਰ ਤੋਂ ਮਿਲਦਾ ਆ ਉਹਦਾ ਸਰਟੀਫਿਕੇਟ, ਸੈਂਟਰ ਦੀ ਸਰਕਾਰ ਇਸ਼ੂ ਕਰਦੀ ਆ। ਜਿਹੜਾ ਪੰਜਾਬ ਦੇ ਵਿਚ ਮਨਿੰਦਰ ਸਿੰਘ ਬਿੱਟੇ ਨੂੰ, ਜਿਹੜਾ ਜਿਹਨੂੰ ਅੱਤਵਾਦੀ ਫਰੰਟ ਬਣਾਇਆ ਸੀ ਨਾ, ਉਸ ਪੱਧਰ ਦਾ ਹਥਿਆਰ ਭਿੰਡਰਾਂਲੇ ਦੇ ਮੁੰਡੇ ਕੋਲ ਆ, ਈਸ਼ਰ ਸਿੰਘ ਕੋਲ। ਠੀਕ ਹੈ, ਹੁਣ ਲੱਭ ਲਿਓ ਭਈ ਏਜੰਸੀਆਂ ਕਿੱਥੇ ਆ। ਲਾਇਸੈਂਸ ਵੀ ਉਹ ਤਾਂ ਮਿਨਿਸਟਰਾਂ ਕੋਲ ਹੈ ਨੀ, ਵੱਧ ਤੋਂ ਵੱਧ ਪੰਜਾਬ ਵਿਚ ਹੀ 10-12 ਬੰਦਿਆਂ ਕੋਲੋਂ ਹੋਊਗਾ ਮੈਕਸੀਮਮ। ਠੀਕ ਹੈ, ਇੱਦਾਂ ਹਰੇਕ ਮਿਨਿਸਟਰ ਨੂੰ ਨੀ ਮਿਲਦਾ ਉਹ। ਇਹ ਨੀ ਵੀ ਜੇ ਹੁਣ ਭਾਜਪਾ ਦੀ ਸਰਕਾਰ ਹੈ ਤਾਂ ਸਾਰਿਆਂ ਨੂੰ ਦੇ, ਉਹਦੇ ਪਿੱਛੇ ਕੋਈ ਨਾ ਕੋਈ ਉਹਨਾਂ ਨੂੰ ਜਸਟੀਫਾਈ ਕਰਨਾ ਪੈਂਦਾ ਵੀ ਕਿਉਂ ਆ ਉਹ ਪਿੰਡਰਾਲੇ ਦੇ ਮੁੰਡੇ ਨੂੰ ਮਿਲਿਆ ਆ। ਜਿਹੜੇ ਬੰਦੇ ਮਾਲਵੇ ਦੇ ਏਰੀਏ ਦੇ ਹੈਗੇ ਆ ਨਾ, ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਦੋਹਾਂ ਦਾ ਈਸ਼ਰ ਹੋਣਾ ਦਾ ਕਿਰਦਾਰ ਕਿਹੋ ਜਿਹਾ ਸੀ। ਜਲੰਧਰ ਦੇ ਵਿਚ ਕੋਈ ਪ੍ਰੋਪਰਟੀ ਨਹੀਂ ਹੋਣੀ ਜਿਹਦੀ ਡੀਲ ਇਹਦੀ ਮਰਜ਼ੀ ਤੋਂ ਬਿਨਾਂ ਹੋ ਜਾਵੇ। ਮਲਕੀਤ ਸਿੰਘ ਕੀਤੂ ਸੀਗਾ, ਉਹਨੂੰ ਖਾੜਕੂ ਮਾਰਨ ਨੂੰ ਫਿਰਦੇ ਸੀ ਉਹਨੂੰ ਬਚਾਉਣ ਦੇ ਲਈ, ਉਹ ਭਿੰਡਰਾਂਲੇ ਦੇ ਸਹੁਰਿਆਂ ਦਾ ਆ। ਭਿੰਡਰਾਂਲੇ ਦੀ ਪਤਨੀ ਉਹਨੂੰ ਕਿੰਨਾ ਚਿਰ ਬਚਾਉਂਦੀ ਰਹੀ ਆ, ਕਿਹਨੂੰ ਨੀ ਪਤਾ ਉਸ ਇਲਾਕੇ ਦੇ ਵਿਚ। ਹੁਣ ਜਾਣੀ ਚੱਕ ਕੇ ਤੁਸੀਂ ਇੰਨਾ ਕਰਕੇ ਏਜੰਸੀਆਂ ਨਾਲ ਜੋੜ ਕੇ ਰਾਹ ਪਾਓ, ਬੱਲੇ ਤੁਹਾਡੇ ਸ਼ਾਬਾਸ਼। ਨਹੀਂ ਨਹੀਂ ਵਧੀਆ ਜੀ, ਇਹ ਤੋਂ ਇੱਕ ਚੀਜ਼ ਯਾਦਵਿੰਦਰ ਸਿੰਘ ਸਾਬਤ ਹੁੰਦੀ ਆਪਦਾ ਪਈ ਪਈ ਇਹਨਾਂ ਦਾ, ਕਿਉਂਕਿ ਮੈਨੂੰ ਮੇਰੇ ਬਾਰੇ ਪਤਾ ਆ ਮੈਨੂੰ। ਹਾਂਜੀ ਹਾਂਜੀ, ਦੁਨੀਆਂ ਕੱਖ ਹੁਣ ਕੋਈ ਮੈਨੂੰ ਕੋਈ ਇਹ ਕਹਿਦਾ ਏ ਤੇ ਦੇਖੋ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਕੋਈ ਕਹੇ ਪੰਥ ਪ੍ਰੀਤ, ਕੋਈ ਕਹੇ ਧੂੰਦਾ ਵੀ ਪੰਥ ਪ੍ਰੀਤ ਬਾਹਮਣ ਪਰਿਵਾਰ ਵਿਚੋਂ ਇਦਾਂ ਆਇਆ ਸੀ, ਹਰਨੇਕ ਤੁਸੀਂ ਭਰੋਸਾ ਗਲਤ ਕਰ ਲਿਆ, ਇਹ ਗੱਲ ਉਹ ਜੋ ਮਰਜ਼ੀ ਕਹਿਦਾ। ਜਿਹੜਾ ਮੇਰਾ ਆਪਣਾ ਆਪ ਆ ਉਹ ਮੈਨੂੰ ਤਾਂ ਪਤਾ ਆ ਨਾ ਤੇ ਮੇਰੇ ਕਿਹਦੇ ਨਾਲ ਸੰਬੰਧ ਆ ਜਾਣੀ। ਹੁਣ ਉਹ ਜਿਹੜੇ ਬੰਦੇ 6-6 ਸਾਲ ਮੇਰੀਆਂ ਈਮੇਲਾਂ ਸਾਰਾ ਕੁਛ ਜਾਣੀ ਜਿਨ੍ਹਾਂ ਦੇ ਹੱਥਾਂ ਚ ਰਿਹਾ, ਉਹ ਤੋਂ ਬਾਅਦ ਵੀ ਜੇ ਹੁਣ ਇਹ ਬੰਦੇ ਇੱਦਾਂ ਇੱਦਾਂ ਇਸ ਪੱਧਰ ਦੀਆਂ ਲਾਉਂਦੇ ਆ ਤੁਹਮਤਾਂ। ਨਾਲੇ ਬਾਕੀ ਇੱਕ ਗੱਲ ਦੱਸ ਦਿੰਦੇ ਆ ਜੀ, ਇਹ ਜਿਹੜੇ ਜਾਗਰੂਕ ਆ ਨਾ, ਇਹਨਾਂ ਨੂੰ ਬੇਨਤੀ ਆ ਤੁਸੀਂ ਜਿੱਥੇ ਮਰਜ਼ੀ ਭੱਜ ਲਿਓ, ਜੇ ਸਿਆਣੇ ਆ ਤਾਂ ਆਹ ਜਿਹੜਾ ਹੁਣ ਨਾ ਇਹ ਬੂਟਾ ਪੱਟ ਹੋਣ ਲੱਗਾ, ਉਹਦੇ ਵਿੱਚ ਜੇ ਕੁਛ ਨਹੀਂ ਕਰ ਸਕਦੇ ਤਾਂ ਚੁੱਪ ਰਹਿ ਜਾਣ ਇਹ। ਉਹ ਤਾਂ ਅਸੀਂ ਕਿਹਾ ਸੀ ਯਾਦਵਿੰਦਰ ਸਿੰਘ ਭਈ ਇਹਨਾਂ ਨੇ ਟਕਸਾਲੀ ਬਣ ਜਾਣਾ, ਪਰ ਮੈਂ ਗਰੰਟੀ ਦਿੰਦਾ ਇਹਨਾਂ ਦੇ ਤਾਂ ਛਿੱਤਰ ਵੀ ਨਹੀਂ ਮਾਰਨੇ ਇਹਨਾਂ ਨੇ। ਹਾਂਜੀ, ਨਹੀਂ ਉਹ ਕਹਿੰਦਾ ਵੀ ਇਹ ਛਿੱਤਰਾਂ ਤੋਂ ਡਰਦੇ ਨੀ ਬੋਲਦੇ ਜਿਹੜੇ ਧੂੰਦੇ ਪੰਥਰੀ ਕਰ ਗਏ ਆ, ਅੰਦਰ ਇਹਨਾਂ ਦੀ ਵੀ ਇੱਡੇ ਖੁਸ਼ੀ ਹੈ। ਇਹਨਾਂ ਤੇ ਕਹਿੰਦਾ ਕਦੇ ਵੀ ਭਰੋਸਾ ਨਾ ਕਰਿਓ। ਨਹੀਂ ਨਹੀਂ ਵਧੀਆ ਆ, ਕੋਈ ਨੀ, ਸਾਨੂੰ ਨੀ ਪਰਵਾਹ ਜੀ, ਸਾਨੂੰ
ਸਾਨੂੰ ਕਿਹੜਾ ਸਰਟੀਫਿਕੇਟ ਦਿੰਦੇ, ਅਸੀਂ ਇਹਨਾਂ ਤੋਂ ਥੋੜੀ ਸਰਟੀਫਿਕੇਟ ਲੈਣਾ, ਸਾਨੂੰ ਪਤਾ ਅਸੀਂ ਕੀ ਕਰਦੇ ਹਾਂ, ਅਸੀਂ ਤਾਂ ਏਜੰਸੀਆਂ। ਮੈਂ ਕਹਿੰਦਾ ਜਿਹੜੇ ਕੰਮ ਟਕਸਾਲ ਕਰਦੀ ਆ, ਹੁਣ ਸਾਨੂੰ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਜੇ ਬਲਜੀਤ ਕੌਰ ਦੇ ਗੁਪਤ ਅੰਗ ਦੇ ਵਿੱਚ ਸਰੀਏ ਧਸਾ ਕੇ ਤੇ ਉਹਦੀ ਛਾਤੀ ਕੱਟ ਕੇ ਇਹ ਕਰਨਾ ਪੰਥ ਦਾ ਸ਼ਹੀਦ ਹੋਣਾ ਆ, ਮਹਾਨ ਹੋਣਾ ਆ, ਤਾਂ ਲਾਣ ਤਿਆ ਇਹੋ ਜਿਹਾ ਪੰਥ ਦੇ ਤੇ ਲਾਣ ਤਿਆ ਇਹੋ ਜਿਹਾ ਸ਼ਹੀਦ ਹੋਣ ਦੇ। ਜਿਹੜੇ ਕੰਮ ਟਕਸਾਲ ਕਰਦੀ ਆ ਜਿਹੜੀ ਇਹਨਾਂ ਦੀ ਗੁੰਡਾ ਕਰਦੀ ਆ, ਜੇ ਇਹ ਸਿੱਖ ਹੋਣਾ ਆ ਤੇ ਮੈਂ ਸਿੱਖ ਨਹੀਂ ਹੈਗਾ, ਨਾ ਮੈਂ ਸਿੱਖ ਬਣਨਾ ਚਾਹੁੰਦਾ, ਲਾਣ ਤਿਆ ਸਾਡੇ ਸਿੱਖ ਹੋਣ ਦੇ। ਅਸੀਂ ਏਜੰਸੀਆਂ ਦੇ, ਮੈਂ ਕਹਿੰਦਾ ਲੱਖ ਇੱਕ ਵਾਰ ਨਹੀਂ ਲੱਖ ਵਾਰ ਅਸੀਂ ਸਟੇਟ ਦੇ ਨਾਲ ਮਿਲ ਕੇ, ਹਿੰਦੁਸਤਾਨ ਦੀ ਮੈਂ ਕਹਿੰਦਾ ਸਰਕਾਰ ਨਾਲ ਮਿਲ ਕੇ ਵੀ ਸਾਨੂੰ ਕੰਮ ਕਰਨਾ ਪਵੇ, ਇਹਨਾਂ ਨਾਲੋਂ ਤਾਂ ਲੱਖ ਦਰਜੇ ਬਿਹਤਰ ਆ ਯਾਰ ਅਸੀਂ। ਇੰਨੀਆਂ ਗਾਲਾਂ, ਮਤਲਬ ਕੀ ਪ੍ਰੋਬਲਮ ਆ ਹਿੰਦੂ ਧਰਮ ਦੇ ਵਿੱਚ ਕਿਹੜੀ? ਜੇ ਇਹ ਜੇ ਆਹ ਕੁਛ ਸੀਗਾ ਸਿੱਖ ਧਰਮ ਤੇ ਕੋਈ ਪੁੱਛੇ ਗੁਰੂ ਨਾਨਕ ਦੇਵ ਜੀ ਨੂੰ ਕੀ ਪ੍ਰੋਬਲਮ, ਜਿਹੜੇ ਜੋ ਕੁਛ ਨੀ ਕਿਰਪਾਨ ਨੂੰ ਬਣਾ ਕੇ ਰੱਖ ਦਿੱਤਾ। ਹਾਂਜੀ, ਕੋਈ ਜੇ ਅੱਜ ਪੁੱਛੇ ਗੁਰੂ ਨਾਨਕ ਦੇਵ ਜੀ ਨੂੰ ਵੀ ਤੁਸੀਂ ਦੱਸੋ ਜਨੇਊ ਚ ਪ੍ਰੋਬਲਮ ਕੀ ਸੀ, ਉਹਦੇ ਨਾਲੋਂ 10 ਗੁਣਾ ਜ਼ਿਆਦਾ ਤਾਂ ਇਹਨਾਂ ਨੇ ਇਹਨਾਂ ਚ ਆ ਗਈਆਂ ਆ। ਬਿਲਕੁਲ, ਜਿੱਦਾਂ ਬਾਹਾਂ ਮਾਂਜਦੇ ਆ, ਜੋ ਬਾਹਾਂ ਮਾਂਜਦੇ ਜੋ ਕੁਛ ਕਰਦੇ ਆ, ਜਿਹੜੀਆਂ ਜਿਹੜੀ ਅਸ਼ਲੀਲਤਾ ਦੀ ਗੱਲ ਆ, ਜਿਹੜੀ ਉਹਨਾਂ ਦੇ ਦੇਵਤਿਆਂ ਨੂੰ ਭੰਡਣ ਦੀ ਗੱਲ ਆ, ਕੀ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਵਰਗੇ, ਠਾਕਰ ਸਿੰਘ ਵਰਗੇ, ਜਰਨੈਲ ਸਿੰਘ ਭਿੰਡਰਾਂ ਵਾਲੇ ਵਰਗੇ, ਜਿੱਦਾਂ ਉਹ ਦੇਵਤਿਆਂ ਦੀ ਪੂਜਾ ਕਰਦੇ, ਉਹਦੇ ਨਾਲੋਂ ਘਟਿਆ ਇਹ? ਹਿੰਦੂ ਹੀ ਆ ਜੀ ਇਹ ਗੁੰਡੇ, ਮਤਲਬ ਬੱਚਿਆ ਕੀ ਸਾਨੂੰ ਇਹਦੇ ਨਾਲ, ਅਸੀਂ ਕਾਹਤੇ ਝਗੜਾ ਪਿਆ, ਸਾਨੂੰ ਹਿੰਦੂ ਰਹਿਣ ਚ ਕੀ ਪ੍ਰੋਬਲਮ ਆ ਸਾਨੂੰ? ਇੱਕ ਹੋਰ ਗੱਲ ਦੱਸੋ, ਜਦੋਂ ਗੁਰੂ ਸਾਹਿਬ ਨੇ ਹਿੰਦੂ ਧਰਮ ਤੋਂ ਗੁਰੂ ਸਾਹਿਬ ਵੱਖਰੇ ਹੋਏ ਹੋਣਗੇ, ਹਾਂਜੀ, ਕਿਤੇ ਮਿਲਦਾ ਰਿਕਾਰਡ ਵਿੱਚ ਇਦਾਂ ਮਾਮਾ ਭੈਣਾਂ ਨੂੰ ਗਾਲਾਂ ਕੱਢੀਆਂ ਹੋਣਗੀਆਂ, ਉਹਨਾਂ ਨੂੰ ਛਿੱਕਿਆ ਹੋਊਗਾ ਇਦਾਂ? ਮਤਲਬ ਕਿਤੇ ਇਦਾਂ ਦਾ ਇਤਿਹਾਸ ਨੀ ਮਿਲਿਆ ਗੁਰੂ ਨਾਨਕ ਪਾਤਸ਼ਾਹ ਦੇ ਟੱਬਰ ਨੂੰ ਰੋਟੀ ਨੀ ਦਿੱਤੀ ਉਹਨਾਂ ਨੇ, ਅਨਾਉਂਸਮੈਂਟ ਕਰ ਦਿੱਤੀ ਉਹਨੇ ਵੀ ਬੋਲਣਾ ਹੀ ਨੀ ਦੇਣਾ ਗੁਰੂ ਨਾਨਕ ਦੇਵ ਜੀ ਨੂੰ ਕਿਤੇ ਵੀ ਇੱਦਾਂ, ਵੀ ਸਮਾਜ ਚੋਂ ਛੇਕ ਦਿਓ ਉਹਨੂੰ, ਇੱਦਾਂ ਥੋੜੀ ਕੁਛ ਇਹ ਕਰਦੇ ਆ। ਇਹਦੇ ਨਾਲੋਂ ਤਾਂ ਬਿਹਤਰ ਆ ਜੇ ਅਸੀਂ ਇੱਦਾਂ ਕਹਿ ਦਈਏ ਵੀ ਅਸੀਂ ਹਿੰਦੂ ਹੀ ਆ, ਉਹਨਾਂ ਨਾਲੋਂ ਵੱਖਰੇ ਹੋ ਜਾਈਏ ਫਿਰ, ਇਹਨਾਂ ਨਾਲੋਂ ਤਾਂ ਸੌਖੇ ਰਹਾਂਗੇ ਅਸੀਂ। ਜਿੱਦਣ ਇਹਨਾਂ ਦਾ ਜੀ ਕਰਿਆ ਹਥਿਆਰ ਚੱਕ ਕੇ ਸਟੇਟ ਨਾਲ ਲੜ ਪਿਆ, ਜਿੱਦਣ ਜੀ ਕਰਿਆ ਗਦਾਰੀ ਕਰ ਦਿੱਤੀ, ਹੱਦ ਹੋ ਗਈ ਯਾਰ ਸਾਡੇ ਲਈ। ਸਾਨੂੰ ਤਾਂ ਇਹਨਾਂ ਕਿਸੇ ਗੱਲ ਦਾ ਜਵਾਬ ਹੀ ਨਹੀਂ ਮਿਲ ਰਿਹਾ ਵੀ ਯਾਰ ਦਰਬਾਰ ਸਾਹਿਬ ਸਾਡੇ ਲਈ ਸਾਡਾ ਮੱਕਾ ਕਦੋਂ ਬਣ ਗਿਆ? ਪੰਜਵੇਂ ਪਾਤਸ਼ਾਹ ਦੇ ਵੇਲੇ ਵੀ ਦਰਬਾਰ ਸਾਹਿਬ ਦੀ ਉਸਾਰੀ ਹੋ ਰਹੀ ਆ, ਤੇ ਛੇਵੇਂ ਪਾਤਸ਼ਾਹ ਪੂਰਾ ਟਾਈਮ ਰਹੀ ਕੋਈ ਨੀ, ਇੱਕ ਵੀ ਕਿਸੇ ਗੁਰੂ ਸਾਹਿਬ ਦਾ ਜੀਵਨ ਦਾ ਪੂਰਾ ਕਾਲ ਜਿਹੜਾ ਆ ਉਨਾ ਚਿਰ ਦਰਬਾਰ ਸਾਹਿਬ ਕੇਂਦਰ ਨਹੀਂ ਰਿਹਾ, ਜਦਕਿ ਖਡੂਰ ਸਾਹਿਬ ਦੂਜੇ ਪਾਤਸ਼ਾਹ ਦੇ ਪੂਰੇ ਜੀਵਨ ਕਾਲ ਚ ਰਿਹਾ, ਤੀਜੇ ਪਾਤਸ਼ਾਹ ਦੇ ਪੂਰੇ ਜੀਵਨ ਕਾਲ ਚ ਗੋਇੰਦਵਾਲ ਰਿਹਾ, ਤਲਵੰਡੀ ਸਾਹਿਬ ਚ ਗੁਰੂ ਨਾਨਕ ਦੇਵ ਜੀ ਜਨਮਦੇ ਆ, ਕਰਤਾਰਪੁਰ ਨੂੰ ਹੱਥੀ ਵਸਾਉਂਦੇ ਆ, ਉਹ ਕੇਂਦਰ ਨਹੀਂ ਬਣੇ, ਦਰਬਾਰ ਸਾਹਿਬ ਕਿੱਦਾਂ ਬਣ ਗਿਆ?
ਜਿਹੜੀ ਆਪਣਾ ਇਹ ਔਰਤ ਦੀਆਂ ਛਾਤੀਆਂ ਕੱਟਣ ਵਾਲੀ ਘਟਨਾ, ਇਹ ਵੀ ਦਰਬਾਰ ਸਾਹਿਬ ਦੇ ਵਿੱਚ ਹੋਈ ਹੈ? ਅਕਾਲ ਤਖ਼ਤ ਦੇ ਵਿੱਚ। ਠੀਕ ਆ, ਫਿਰ ਤਾਂ ਇਹਨਾਂ ਨੇ ਲੋਕਾਂ ਵਾਸਤੇ ਹੀ ਬਣਾਇਆ ਮਹਾਨ, ਤਾਂ ਇਹ ਆਪ ਤਾਂ ਇਹਨਾਂ ਨੂੰ ਪਤਾ ਵੀ ਕੁਛ ਨੀ ਗਾ ਉੱਥੇ। ਨਾਲੇ ਇਹ ਵੈਸੇ ਵੀ ਯਾਦਵਿੰਦਰ ਸਿੰਘ ਜਿਹੜੀ ਗੱਲ ਗੁਰਤੇਜ ਨੇ ਕਹੀ ਆ, ਉਹ ਕੀ ਸਾਡੀਆਂ ਗੱਲਾਂ ਦਾ ਜਵਾਬ ਆ ਉਹ? ਜਿਹੜੇ ਸਵਾਲ ਕੀਤੇ ਉਹਨਾਂ ਦਾ ਤਾਂ ਕੋਈ ਵੀ ਨੀ ਉਸ ਬਾਰੇ ਤਾਂ ਗੱਲ ਕੀਤੀ, ਗੁੰਡਾਗਰਦੀ ਆ ਬਸ, ਵੀ ਤੁਸੀਂ ਬੋਲਣ ਨਾ ਦਿਓ ਕਿਤੇ ਇਹਨਾਂ ਨੂੰ ਬਸ। ਵੀ ਤੁਹਾਡਾ ਮਤਲਬ ਜਿੱਥੇ ਜਾ ਰਹੇ ਸਿੱਖ ਵੱਸਦੇ ਆ ਕਹਿੰਦਾ ਸਾਰੇ ਦੇਸ਼ਾਂ ਦੇ ਵਿੱਚ, ਉਹ ਆਪੋ ਆਪ ਭਾਈ ਦੇਖੋ ਤੁਹਾਡੀਆਂ ਲੱਤਾਂ ਕਿੰਨੀਆਂ ਕੁ ਪਾਰ ਚੱਲਦੀਆਂ, ਤੁਸੀਂ ਆਪੋ ਆਪਣੇ ਤੌਰ ਤੇ ਕਰੋ ਸਾਰੇ ਜਾਣੇ, ਇਹਨਾਂ ਨੂੰ ਬੋਲਣ ਦਿਓ ਕਿਤੇ ਵੀ ਜਿਹੜੇ ਬੰਦੇ ਇਹਦੇ ਨਾਲ ਸੰਬੰਧਿਤ। ਨਹੀਂ ਨਹੀਂ ਵਧੀਆ ਹੈ ਜੀ, ਉਹਨਾਂ ਨੇ ਆਪਣਾ ਹੋਣਾ ਦਿਖਾ ਦਿੱਤਾ। ਮੈਨੂੰ ਤਾਂ ਇਹ ਸੀ ਵੀ ਇਹ ਸ਼ਾਇਦ ਕਿਸੇ ਨਾ ਕਿਸੇ ਪੱਧਰ ਤੇ ਜਵਾਬ ਦੇਣਗੇ। ਨਹੀਂ ਵਧੀਆ ਹੋ ਗਿਆ ਜੀ, ਬਹੁਤ ਸੋਹਣਾ ਹੋ ਗਿਆ, ਸੌਖਾ ਰਹੂਗਾ ਸਾਡੇ ਲਈ। ਚਲੋ ਠੀਕ ਹੈ ਜੀ, ਥੈਂਕ ਯੂ ਜੀ। ਹੋਰ ਵੀ ਜਿੰਨਾ ਕੁਛ ਇਹ ਟਕਸਾਲੀਆਂ ਦੇ ਰਾਹੀਂ ਨਿਕਲਣਾ, ਠੀਕ ਹੈ ਜੀ। ਹੁਣ ਤੁਸੀਂ ਦੇਖੋ, ਜਦੋਂ ਅਸੀਂ ਕਹਿੰਦੇ ਨਾ ਪਿਆ ਕੇ ਜਵਾਬ ਦੇਣ ਇਹ ਗੱਲਾਂ ਦੇ, ਉਹਦੇ ਵਿੱਚ ਇਹੀ ਪ੍ਰੋਬਲਮ ਆ, ਇਹ ਜਵਾਬ ਤਾਂ ਹੀ ਨਹੀਂ ਦੇ ਸਕਦੇ ਕਿਉਂਕਿ ਨਹੀਂ ਤਾਂ ਤੁਮ ਤਾਂ ਲਾਉਣੀ ਆ, ਫਤਵੇ ਦੇਣੀ ਆ, ਗੱਲ ਦਾ ਥੋੜੀ ਜਵਾਬ ਦੇਣਾ।